ਮੈਨੂੰ ਪੈਮੋ ਸਦੀਪ ਪ੍ਰੋਬਲਮ ਬਹੁਤ ਆ ਗਈ ਸੀ, ਜੋ ਮਾਸ ਬਦਲਣ ਮੈਨੂੰ ਬਾਥਰੂਮ ਕਰਨ 'ਚ ਦਿੱਕਤ ਆ ਰਹੀ ਸੀ, ਰੋਟੀ ਚੜ੍ਹ ਦਿੱਕਤ ਆ ਰਹੀ ਸੀ। ਅਤੇ ਫਿਰ ਮੈਂ ਯੂਟਿਊਬ 'ਤੇ ਸਰਚ ਮਾਰੀ ਅਤੇ ਫਿਰ ਮੈਂ ਇੱਥੇ ਆਇਆ ਹੋਸਪਿਟਲ ਜਲੰਧਰ। ਮੈਂ ਆਪਣਾ ਇਲਾਜ ਕਰਵਾਇਆ, ਅੱਗੇ ਸਟੈਪਲਰ ਨਾਲ ਕੀਤਾ, ਹੁਣ ਮੈਂ ਬਿਲਕੁਲ ਨੋਰਮਲ ਹੈ, ਠੀਕ ਹੈ ਜੀ। ਰਜਿੰਦਰ ਸਿੰਘ ਹੈ ਜੀ। ਮੈਨੂੰ ਪੈਮੋਸ ਦੀ ਪ੍ਰੋਬਲਮ ਬਹੁਤ ਆ ਗਈ ਸੀ, ਜੋ ਮਾਸ ਵਧਣ ਮੈਨੂੰ ਬਾਥਰੂਮ ਕਰਨ 'ਚ ਦਿੱਕਤ ਆ ਰਹੀ ਸੀ, ਹੋਰ ਚੀਜ਼ਾਂ 'ਚ ਦਿੱਕਤ ਆ ਰਹੀ ਸੀ। ਮੈਂ ਇਸ ਚੀਜ਼ ਤੋਂ ਬਹੁਤ ਪਰੇਸ਼ਾਨ ਸੀ ਸਾਲ ਡੇਢ ਸਾਲ ਤੋਂ। ਅਤੇ ਫਿਰ ਮੈਂ ਯੂਟਿਊਬ 'ਤੇ ਸਰਚ ਮਾਰੀ ਅਤੇ ਮੈਨੂੰ ਜਲੰਧਰ ਸਟਾਰ ਹੋਸਪਿਟਲ ਡਾਕਟਰ ਜਸਮੀਤ ਸਿੰਘ ਆਲੂਵਾਲੀਆ ਉਹਨਾਂ ਦੀ ਦੱਸ ਪਈ। ਅਤੇ ਫਿਰ ਮੈਂ ਇੱਥੇ ਆਇਆ ਹੋਸਪਿਟਲ ਜਲੰਧਰ। ਮੈਂ ਆਪਣਾ ਇਲਾਜ ਕਰਵਾਇਆ ਅੱਗੇ, ਅਤੇ ਇਹ ਇਲਾਜ ਮੇਰਾ ਘੰਟੇ ਡੇਢ ਘੰਟੇ ਦੇ ਵਿੱਚ ਕਰਕੇ ਉਹਨਾਂ ਨੇ ਸਟੈਪਲਰ ਨਾਲ ਕੀਤਾ, ਘੰਟੇ ਡੇਢ ਘੰਟੇ 'ਚ ਛੁੱਟੀ ਦੇ ਦਿੱਤੀ ਅਤੇ ਮੈਂ ਘਰ ਵਾਪਸ ਚਲ ਗਿਆ। ਅਤੇ ਹੁਣ ਮੈਂ ਬਿਲਕੁਲ ਨੋਰਮਲ ਹੈ, ਠੀਕ ਹੈ ਜੀ। ਇਹ ਸਰਜਰੀ ਦੇ ਵਿੱਚ ਕੋਈ ਵੀ ਦਰਦ ਨਹੀਂ ਹੁੰਦਾ, ਸਟੈਪਲਰ ਨਾਲ ਕੋਈ ਮਤਲਬ ਖੂਨ ਨਹੀਂ ਆਉਂਦਾ, ਅਤੇ ਇਹ ਸਰਜਰੀ ਜਿਹੜੀ ਆ ਇਹ ਠੀਕ ਹੋ ਜਾਂਦੀ ਹੈ ਵਧੀਆ। ਜੇ ਕਿਸੇ ਨੂੰ ਕੋਈ ਇੱਦਾਂ ਦੀ ਪ੍ਰੋਬਲਮ ਹੋਵੇ ਤਾਂ ਉਹ ਜਲੰਧਰ ਸਟਾਰ ਹੋਸਪਿਟਲ ਆ ਕੇ ਮਿਲਣ ਡਾਕਟਰ ਜਸਮੀਤ ਸਿੰਘ ਆਲੂਵਾਲੀਆ ਨੂੰ। ਮੈਂ ਇੱਕ ਵਾਰ ਫਿਰ ਦੱਸਣਾ ਚਾਹੁੰਦਾ ਹਾਂ ਵੀ ਜੇ ਕਿਸੇ ਨੂੰ ਵੀ ਪੈਰਸ ਦੀ ਪ੍ਰੋਬਲਮ ਆ ਰਹੀ ਆ ਤਾਂ ਉਹ ਜਲੰਧਰ ਸਟਾਰ ਹੋਸਪਿਟਲ ਆ ਕੇ ਡਾਕਟਰ ਸਾਹਿਬ ਨੂੰ ਮਿਲੋ ਔਰ ਇਹਦਾ ਹੱਲ ਕਰੋ, ਕਿਉਂਕਿ ਇੱਥੇ ਹੱਲ ਹੈ ਡਾਕਟਰ ਸਾਹਿਬ ਕੋਲ।